ਇਹ ਸਾਈਕਲ ਤੇ ਦੋ ਪੁਰਾਣੀ ਜਾ ਰਹੀ ਸੀ ਤੇ ਉਹ ਦੇਖੋ ਕੀ ਹੋਇਆ, ਇਹ ਬਚਿਆ ਨਹੀਂ ਹੋਣਾ ਮੈਨੂੰ ਨਹੀਂ ਲੱਗਦਾ, ਫੁੱਟਿਆ। ਅਤੇ ਮੈਂ ਬਹੁਤ ਜਣਾ ਤੋਂ ਸੁਣਿਆ ਸੀਗਾ ਵੀ ਜਿਹੜੀਆਂ ਆਹ ਲਾਈਟਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਛੇਤੀ ਖਰਾਬ ਹੋ ਜਾਂਦੀਆਂ ਨੇ ਵੀ ਨਾ, ਅਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਵੀ ਆਹ ਬੈਂਡ ਜਿਹੜਾ ਇਹ ਤੁਹਾਡਾ ਤਾਂ ਉਹ ਹੋਇਆ। ਆ ਝੂਠਾ ਓਏ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਪ੍ਰਦੀਪ ਅਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੋਗਸ। ਅਤੇ ਅੱਜ ਮੈਂ ਅੱਜ ਆਪਣਾ ਦੂਜਾ ਦਿਨ ਆ ਵਲੋਗਿੰਗ ਦਾ, ਮੈਂ ਡੇਲੀ ਵਲੋਗ, ਮੈਂ ਕਿਹਾ ਸੀ ਪਿਛਲੀ ਵੀਡੀਓ 'ਤੇ ਵੀ ਆਪਾਂ ਡੇਲੀ ਵਲੋਗ ਕਰਾਂਗੇ, ਤਾਂ ਅੱਜ ਆਪਣਾ ਦੂਜਾ ਡੇਲੀ ਵਲੋਗ ਆ। ਅਤੇ ਪਿਛਲੇ ਵਲੋਗ 'ਚ ਠੀਕ ਠਾਕ ਜਿਹਾ ਰਿਸਪੋਂਸ ਆਇਆ, ਤਾਂ ਬਹੁਤ ਜਣਿਆਂ ਨੇ ਐਂ ਵੀ ਕਿਹਾ ਵੀ ਹਾਂ ਕੰਟੀਨਿਊ ਕਰੋ ਵਲੋਗ, ਬਾਕੀ ਹਲੇ ਤਾਂ ਆਪਾਂ ਕੰਟੀਨਿਊ ਕਰਦੇ ਹਾਂ, ਜੇ ਤੁਹਾਨੂੰ ਵਧੀਆ ਲੱਗਣਗੇ ਤਾਂ ਆਪਾਂ ਕੰਟੀਨਿਊ ਰੱਖਾਂਗੇ, ਨਹੀਂ ਫਿਰ ਤੁਹਾਨੂੰ ਪਤਾ ਹੀ ਆ। ਅਤੇ ਅੱਜ ਅਤੇ ਹੁਣ ਅਸੀਂ ਜਾ ਰਹੇ ਸੀਗੇ ਆਪਣੇ ਸਾਡੇ ਨਾਲ ਦੇ ਪਿੰਡ, ਕਿਉਂਕਿ ਉੱਥੇ ਮਾੜਾ ਮੋਟਾ ਦੁਕਾਨਾਂ ਦੁਕਾਨਾਂ ਨੇ, ਪਰ ਅੱਜ ਸੰਡੇ ਆ, ਲੋਕਡਾਊਨ ਹੋ ਸਕਦਾ, ਦੁਕਾਨਾਂ ਬੰਦ ਨੇ। ਅੱਜ ਮੈਂ ਗਿਆ ਸੀਗਾ, ਏਟੀਐਮ ਵੀ ਬੰਦ, A to Z ਦੁਕਾਨਾਂ ਬੰਦ, ਏਟੀਐਮ ਵੀ ਬੰਦ, ਅਸੀਂ ਏਟੀਐਮ ਜਾਣਾ ਸੀਗਾ, ਬਾਕੀ ਦੇਖ ਕੇ ਪੱਕਾ ਬੰਦ ਆ ਜਾਣਾ ਜੀ। ਅਤੇ ਇਹ ਹੈਗਾ ਹਰਸ, ਅਤੇ ਮੈਨੂੰ ਫੋਲੋ ਕਰ ਲਿਓ ਇੰਸਟਾਗ੍ਰਾਮ 'ਤੇ, ਇਹਨੂੰ ਨਾ ਕਰਿਓ। ਮੇਰੀ ਆਈ ਡੀ ਹੈਗੀ ਆ ਪ੍ਰਦੀਪ_JM, ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਅਤੇ ਇਹਨੂੰ ਫੋਲੋ ਕਰਨ ਦੀ ਕੋਈ ਲੋੜ ਨਹੀਂ, ਕਰਨਾ ਨਹੀਂ ਕਰਨਾ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੋਈ ਨਹੀਂ ਲੰਘ ਰਿਹਾ ਉਰੋ ਜੀ, ਸਾਨੂੰ ਵੀ ਮਿਲਣਾ। ਅਤੇ ਪਹਿਲੀ ਗੱਲ 'ਚ ਮਾਰਕ ਦਿਖਾਏਗਾ, ਸਟਾਰਟ ਕਰਕੇ ਦਿਖਾਏਗਾ, ਚੱਲ ਕਰਕੇ ਨਹੀਂ 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 ਚਲਾਏਗਾ ਤਾਂ ਤੂੰ ਨਹੀਂ। ਦੇਖੋ ਮੈਨੂੰ ਕਿੰਨਾ ਟਾਈਮ ਹੋ ਗਿਆ, 2-3 ਮਹੀਨੇ ਹੋ ਗਏ ਉਹਨੂੰ ਬੁਲਟ ਲੈਣ ਨੂੰ, ਅਤੇ ਮੇਰਾ ਚਾਅ ਹਲੇ ਵੀ ਨਹੀਂ ਲਿਆ। ਜੇ ਮੈਂ ਇਕੱਲਾ ਚਲਾਉਣਾ ਫਿਰ ਮੈਨੂੰ ਐਂ ਹੁੰਦਾ ਵੀ ਚੱਲ ਜੇ ਕੋਈ ਮੇਰੇ ਨਾਲ ਆ ਤਾਂ ਚਲਾ ਲਵੇ, ਪਰ ਜਦ ਕੋਈ ਨਾਲ ਹੁੰਦਾ ਤਾਂ ਕਹਿੰਦਾ ਨਾ ਤੂੰ ਨਹੀਂ ਚਲਾਉਣਾ, ਚਲਾਊ ਮੈਂ ਹੀ, ਗਾੜੀ ਤੇਰਾ ਬਾਈ ਚਲਾਏਗਾ। ਹਾਂ ਪਰ ਸਾਰੀ ਸੋਚਾਂ ਹੁਣ ਦੇਖ ਲਾ, ਉਹਨੇ ਬਾਈ ਉਹਨੇ ਮੈਂ ਦੇਖ ਲਈਆਂ, ਚੱਲ ਫੁੱਦੂ ਕੰਮ ਕੀ ਕਰਦਾ ਇਹ, ਮੈਨੂੰ ਫੋਲੋ ਕਰ ਲਿਓ ਬਾਈ। ਅਤੇ ਹੁਣ ਅਸੀਂ ਜਾ ਰਹੇ ਹਾਂ, ਜੇ ਏਟੀਐਮ ਖੁੱਲ੍ਹਾ ਹੋਇਆ ਤਾਂ ਯੂਟਿਊਬ ਮਨੀ ਨਹੀਂ ਕਰਾਉਣ ਜਾ ਰਿਹਾ ਮੈਂ, ਹੁਣ ਵੈਸੇ ਘਰ ਦੇ ਖਰਚੇ ਨੇ। ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਏਟੀਐਮ ਆ ਉਹ ਬੰਦ ਆ, ਆਪਣਾ ਨਹੀਂ ਹੈਗਾ SBI ਦਾ ਏਟੀਐਮ ਆ ਅਤੇ ਉਹ ਬੰਦ ਆ, ਅਤੇ ਬਾਕੀ ਦੁਕਾਨਾਂ ਵੀ ਸਾਰੀਆਂ ਬੰਦ ਨੇ ਦੇਖੋ, ਪਰ ਗੱਡੀਆਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ, ਗੱਡੀਆਂ ਨੂੰ ਰੋਕ, ਬਾਕੀ ਸਾਰੀਆਂ ਦੁਕਾਨਾਂ ਬੰਦ ਨੇ, ਅੱਜ ਲੋਕਡਾਊਨ 'ਚ ਨਿਕਲਣ ਦਾ ਵੀ ਫਾਇਦਾ ਨਹੀਂ ਹੋਇਆ। ਦੇਖ ਸਕਦੇ ਹੋ ਪਹਿਲਾਂ ਮੈਡੀਕਲ ਸਟੋਰ ਆ ਜਿਹੜਾ ਉਹ ਖੁੱਲ੍ਹਾ, ਬਾਕੀ ਸਭ ਕੁਛ ਬੰਦ ਆ A to Z। ਅਤੇ ਰੁੜਦੇ ਰੁੜਦੇ ਅਸੀਂ ਵਾਪਸ ਉੱਥੇ ਫੇਰ ਆ ਗਏ ਜਿੱਥੋਂ ਅਸੀਂ ਵੀਡੀਓ ਸਟਾਰਟ ਕੀਤੀ ਸੀਗੀ, ਅਤੇ ਕੋਈ ਵੀ ਦੁਕਾਨ ਨਹੀਂ ਸੀ ਖੁੱਲ੍ਹੀ, ਕੋਈ ਏਟੀਐਮ ਵੀ ਬੰਦ ਸੀ, ਸਾਰਾ ਕੁਛ ਬੰਦ ਸੀ, ਸਿਰਫ ਇੱਕ ਮੈਡੀਕਲ ਸਟੋਰ ਖੁੱਲ੍ਹਾ ਸੀਗਾ। ਅਤੇ ਬਸ ਉੱਥੇ ਉਤਰਨ ਦਾ ਮੌਕਾ ਨਹੀਂ ਮਿਲਿਆ, ਅਤੇ ਸਾਨੂੰ ਡਰਾਈਵਰ ਚੇਂਜ ਕਰਨ ਦਾ ਵੀ ਮੌਕਾ ਨਹੀਂ ਮਿਲਿਆ, ਅਸੀਂ ਚਲਾ ਕੇ ਲਿਆਇਆ, ਅਸੀਂ ਮੁੜ ਕੇ ਲਿਆਇਆ ਇੱਧਰੇ। ਅਤੇ ਭੂੰਡੀਆਂ ਵੈਸੇ ਪਹਿਲਾਂ ਬੱਚੇ 'ਚ ਭੂੰਡੀਆਂ ਬਹੁਤ ਆ ਗਈਆਂ ਸੀ, ਪਰ ਹੁਣ ਭੂੰਡੀਆਂ ਨਹੀਂ ਹੈਗੀਆਂ, ਘੱਟ ਗਈਆਂ ਥੋੜ੍ਹੀਆਂ ਆਈਆਂ। ਅਤੇ ਫੋਟੋ ਸ਼ੂਟ ਕਰ ਰਹੇ ਹਾਂ, ਫੋਟੋ ਖਿੱਚਣੀ ਆ, ਤੇਰੀ ਬੂਤੀ ਦੇਖ ਲਾ ਕਿਹੋ ਜਿਹੀ #hashtag ਮਜ਼ਾਕ। ਅਤੇ ਹੁਣ ਇਹ ਕਹਿਣਾ ਮੇਰੀ ਇੱਕ ਫੋਟੋ ਖਿੱਚਦੇ, ਆਪਾਂ ਫੋਟੋ ਖਿੱਚ ਕੇ ਫਿਰ ਮਿਲਦੇ ਹਾਂ ਤੁਹਾਨੂੰ। ਅਤੇ ਆ ਹੈਗਾ ਬੈਕ ਕੈਮਰਾ, ਇਹ ਪਤਾ ਕੀ ਗੱਲਬਾਤ ਆ, ਬੈਕ ਕੈਮਰੇ 'ਚ ਥੋੜ੍ਹੀ ਜਿਹੀ ਵੀਡੀਓ ਮੈਨੂੰ ਲੱਗਦਾ ਵਧੀਆ ਬਣਦੀ ਆ। ਅਤੇ ਮੂਹਰੇ ਮੇਰਾ ਗਲਾਸ ਵੀ 150 ਲਵਾਇਆ ਹੋਇਆ, ਜਿਹਨੂੰ ਮੈਂ ਤਕੜਾ ਗਲਾਸ ਮੰਨਦਾ, ਅਤੇ ਉਹ ਵਾਲੇ ਗਲਾਸ ਉਹ ਛੇਤੀ ਟੁੱਟ ਗਏ ਨੇ, ਲਗਭਗ 2 ਕੁ ਮਹੀਨੇ ਬਾਅਦ ਤੇੜਾ ਆ ਗਈਆਂ, ਨਾ ਕਿਤੇ ਡਿੱਗਿਆ ਨਾ ਕੁਛ ਹੋਰ, ਪਤਾ ਨਹੀਂ ਕਿਉਂ ਆ ਗਈਆਂ। ਅਤੇ ਉਹ ਆਲੇ ਦੁਆਲੇ ਉਹ ਬਲੈਕ ਆ, ਤਾਂ ਕਰਕੇ ਕੈਮਰਾ ਥੋੜ੍ਹਾ ਜਿਹਾ ਮੂਹਰਲਾ ਖਰਾਬ ਕਰਦਾ। ਅਤੇ ਜੇ ਮੈਂ ਆਏ ਫੜਦਾ ਇਹ ਥੋੜ੍ਹਾ ਬੈਕ ਕੈਮਰਾ ਥੋੜ੍ਹਾ ਜ਼ੂਮ ਕਰਦਾ, ਕਿਉਂਕਿ ਪਤਾ ਨਹੀਂ ਕਿਉਂ ਕਰਦਾ ਇਹਦੇ ਨਾਲ। ਅਤੇ ਜੇ ਮੈਂ ਇੱਥੋਂ ਫੜੂੰ ਤਾਂ ਫਿਰ ਤੁਹਾਨੂੰ ਮੇਰਾ ਹੱਥ ਜਿਹਾ ਦਿਖਦਾ, ਜੇ ਮੈਂ ਇੱਧਰੋਂ ਫੜਦਾ ਤਾਂ ਸ਼ਾਇਦ ਥੋੜ੍ਹੀ ਜਿਹੀ ਮਾਈਕ ਟਕ ਆ ਜਾਂਦਾ, ਪਤਾ ਨਹੀਂ ਲੱਗਦਾ ਮੈਂ ਕਿਵੇਂ ਵਲੋਗਿੰਗ ਕਰਾਂ। ਅਤੇ ਜਿਹੜਾ ਮੈਂ ਟਰਾਈਪੋਡ ਲਾਉਂਦਾ ਉਹ ਕਾਫੀ ਬੜਾ ਹੋ ਜਾਂਦਾ, ਜੇ ਮਾਈਕ ਵੀ ਲਾਉਣਾ ਨਾਲ ਉਹਦੇ ਉੱਤੇ,
ਫਿਰ ਚੂੰ ਚੂੰ ਟਰ ਜਿਹਦੀ ਆਵਾਜ਼ ਆਉਂਦੀ ਹੈ, ਮੈਨੂੰ ਲੱਗਦਾ ਮੈਂ ਪਿਛਲੇ ਵਲੌਗ ਤੁਹਾਨੂੰ ਸੁਣਾਈ, ਤੁਸੀਂ ਦੇਖਿਓ ਮੈਨੂੰ ਐਡੀਟਿੰਗ ਕਰਨ ਵੇਲੇ ਪਤਾ ਲੱਗਿਆ ਕਿ ਆਹ ਫੂਕਾ ਹੀ ਮਰੀ ਜਾਂਦਾ ਚ ਅਤੇ ਜਿਵੇਂ ਕਿ ਤੁਹਾਨੂੰ ਪਤਾ ਬੈਕ ਕੈਮਰੇ ਦੀ ਕੁਆਲਿਟੀ ਥੋੜ੍ਹੀ ਜ਼ਿਆਦਾ ਵਧੀਆ ਤਾਂ ਕਰਕੇ ਹੁਣ ਮੈਂ ਪਿਛਲੇ ਕੈਮਰੇ 'ਤੇ ਵਲੌਗ ਕਰੂੰਗਾ ਅਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਕਰਨ ਕੀ ਜਾ ਰਹੇ ਹਾਂ, ਕੁਝ ਵੀ ਨਹੀਂ ਕਰਨੇ ਅਸੀਂ, ਕੁਝ ਸੋਚਿਆ ਨਹੀਂ ਹੈਗਾ ਵੀ ਕੀ ਕਰਾਂਗੇ, ਬਾਕੀ ਹਵਾ ਹੀ ਚੱਲ ਰਹੀ ਆ ਪਰ ਗਰਮੀ ਵੀ ਆ, ਲੋਕਡਾਊਨ ਵੀ ਆ ਅਤੇ ਕੋਈ ਆ ਵੀ ਨਹੀਂ ਰਿਹਾ ਅਤੇ ਸਾਨੂੰ ਵੀ ਉਹ ਜਾਣਾ ਚਾਹੀਦਾ ਛੇਤੀ ਤੋਂ ਛੇਤੀ ਕਿਉਂਕਿ ਕਿਸੇ ਟਾਈਮ ਵੀ ਡਾਂਗ ਫਿਰ ਸਕਦੀ ਹੈ ਨਾ, ਅਤੇ ਚੱਲਦੇ ਹਾਂ ਘਰੇ ਆ ਕੇ ਮਿਲਦੇ ਹਾਂ ਫੋਟੋ ਫੋਟੋ ਖਿੱਚ ਕੇ ਬਾਏ। ਅਤੇ ਮੈਂ ਬਹੁਤ ਜਣਿਆਂ ਤੋਂ ਸੁਣਿਆ ਸੀਗਾ ਵੀ ਜਿਹੜੀਆਂ ਆਹ ਲਾਈਟਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਛੇਤੀ ਖਰਾਬ ਹੋ ਜਾਂਦੀਆਂ ਨੇ, ਵੀ ਦੂਏ ਤੀਏ ਦਿਨ ਖਰਾਬ ਹੋ ਹੀ ਰਹਿੰਦੀਆਂ ਨੇ, ਉਦੋਂ ਬਾਅਦ ਕੁਛ ਬੋਲੋ ਕੀ ਲਿਖਿਆ ਹੋਇਆ, ਹਰੇ ਰੰਗ ਨਾਲ 12 ਵਾਟ ਦੀ ਹੈ ਇਹ ਲਟੰਗਰ ਜਿਹਾ ਲੜਾ। ਅਤੇ ਕਹਿੰਦੇ ਸੀ ਬਹੁਤ ਛੇਤੀ ਖਰਾਬ ਹੁੰਦੀਆਂ ਨੇ ਪਰ ਮੈਨੂੰ ਇਹ 2 ਮਹੀਨੇ ਹੋ ਗਏ ਹਾਲੇ ਤੱਕ ਤਾਂ ਕੁਛ ਖਰਾਬ ਨਹੀਂ ਹੋਇਆ, ਰੱਬ ਕਰੇ ਹੋਵੇ ਵੀ ਨਾ। ਅਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਵੀ ਆਹ ਬੈਂਡ ਜਿਹੜਾ ਇਹ ਤੁਹਾਡਾ ਤਾਂ ਹੋਇਆ ਤਾਂ ਤੁਹਾਡਾ ਪੀਲਾ ਜਿਹਾ ਹੋ ਗਿਆ ਕਿਉਂਕਿ ਇਹ ਪਹਿਲੇ ਜਾਂ ਦੂਜੇ ਗੇਅਰ 'ਚ ਆਪਾਂ ਉਸਨੂੰ ਵੱਧ ਖਿੱਚਦੇ ਹਾਂ, ਰੇਸ ਦਿੰਦੇ ਹਾਂ ਜਿਵੇਂ ਫੀਲ ਜਿਹੀ ਲੈਂਦੇ ਹਾਂ, ਰਾਡ ਜਿਹਾ ਪਾਉਂਦੇ ਹਾਂ ਫੇਰ ਇਹ ਹੁੰਦਾ, ਕਹਿੰਦੇ ਤੀਜੇ 'ਚ ਜਾਣੀ ਨੋਰਮਲ ਚਲਾਇਆ ਤਾਂ ਨਹੀਂ ਹੁੰਦਾ। ਤਾਂ ਮਤਲਬ ਹੁਣ ਮੈਨੂੰ ਪਤਾ ਲੱਗਿਆ ਅੱਛਾ ਇਹ ਮੈਂ ਉਹੀ ਦੂਜੇ ਗੇਅਰ 'ਚ ਰਾਡ ਜੀ ਪਾ ਜਾਣਾ, ਇਹ ਫੀਲਿੰਗ ਹੀ ਲੈਣਾ ਕਦੇ ਕਦੇ ਮੈਂ ਕਹਿੰਦਾ ਪਟਾਕਾ ਨਹੀਂ ਵੱਜਦਾ ਇੱਕਣ ਬਿਨਾਂ ਗੱਲੋਂ ਇੰਜਣ 'ਚੋਂ ਲਾਟ ਜੀ ਮਰਾਉਣ ਦਾ ਮਿੱਤਰਾਂ ਨੂੰ, ਚੱਲ ਚੱਲੀਏ ਮਿੱਤਰਾਂ ਨੂੰ ਸ਼ੌਂਕ ਭਲਵਾਨੀ ਗੜੀ ਲਾਉਣ ਦਾ। ਅਤੇ ਆ ਦੇਖ 2800 ਕਿਲੋਮੀਟਰ ਚੱਲ ਪਿਆ, 2800 ਕਿਲੋਮੀਟਰ ਚੱਲ ਪਿਆ ਅਤੇ ਹੁਣ ਇਹ ਕਿੱਕ ਜਿਹੜੀ ਬਹੁਤ ਵਧੀਆ ਹੋ ਗਈ ਜੀ, ਹੁਣ ਬਿਲਕੁਲ ਨਹੀਂ ਅੜਕਦੀ ਹੈਗੀ, ਪਹਿਲਾਂ ਤਾਂ ਬਹੁਤ ਜਾਣੇ ਖੜਖੜਦੀ ਹੋ ਵੀਡੀਓ ਤਾਂ ਬਣਾਉਣੀ ਪੈਣੀ ਆ, ਦੇਖ ਲਾ ਕੀ ਚੱਜ ਕਰਦਾ ਬਈ, ਮੇਰੀ ਵੀਡੀਓ ਨਹੀਂ ਬਣਾ ਰਿਹਾ, ਮੇਰੇ ਨਾਲ ਧੱਕਾ ਕਰ ਰਿਹਾ ਸਰਿਆਮ, ਜਵਾਕ ਤੋਂ ਖੋ ਕੇ ਬੱਲਾ ਖੇਡਣ ਲੱਗਿਆ ਪਿਆ। ਤੇਨੇ ਜਵਾਕ ਤੋਂ ਖੋਇਆ ਸੀਗਾ ਬੱਲਾ ਤਾਂ ਕਰਕੇ ਜਵਾਕ ਨੇ ਮਾਰ ਮਾਰ ਫਫੜੇ ਤੋਂ ਖੋਲਿਆ, ਵਾਪਸ ਦੀ ਬੇਇੱਜ਼ਤੀ ਕਰਤੀ। ਹੁਣ ਮੇਰਾ ਥੋੜ੍ਹਾ ਜੀ ਕਰਿਆ ਸਾਈਕਲ ਚਲਾਉਣ ਦਾ, ਪਰ ਪਤਾ ਲੱਗਿਆ ਤੁਹਾਨੂੰ ਪਤਾ ਹੀ ਇਹਦੀ ਮਾੜੀ ਗੱਲ, ਆਵਾਜ਼ ਘੱਟ ਆ ਅਤੇ ਹੁਣ ਹਵਾ ਭਰ ਕੇ ਲਿਆਉਂਦੇ ਹਾਂ ਅਤੇ ਚੱਲ ਚੱਲੀਏ ਬੈਠਣਾ ਮੈਂ ਹੁਣ ਤੇਰੇ ਮਗਰ ਮਗਰ ਵੀਡੀਓ ਬਣਾਉਂਦਾ ਹੂੰ, ਹੈਂ ਮੈਂ ਆਪਦੀ ਬਣਾਉਣ ਲੱਗ ਜਾਣਾ, ਫਿਰ ਉਹੀ ਉਹੀ ਮੈਂ ਕਿਹਾ ਹੁਣ ਇਹ ਸਟੰਟ ਕਰ ਰਿਹਾ ਮੇਰੀ ਵੀਡੀਓ ਬਣਾਵਾਂ ਹੈ। ਓ ਮਾਈ ਗੋਡ ਇਹ ਭਰ ਚੱਜ ਨਾਲ ਅੱਛਾ ਓਕੇ ਰਿਪੋਰਟ ਰਿਪੋਰਟ ਓਕੇ ਹੋ ਗਈ, ਕੁਛ ਦੱਸ ਤਾਂ ਸਹੀ ਰਿਪੋਰਟ ਓਕੇ ਹੋ ਗਈ। ਅਤੇ ਹੁਣ ਆ ਗਈ ਸਾਡੇ ਪਿੰਡ ਦੀ ਸਭ ਤੋਂ ਮੈਜੀਕਲ ਬਿਹੀ, ਇੰਨੀ ਜ਼ਿਆਦਾ ਢਲਾਣ ਹੈ ਨਹੀਂ ਫਿਰ ਵੀ ਦੇਖੋ ਆਟੋਮੈਟਿਕ ਚੱਲੂਗੀ, ਚੱਲੂਗੀ ਉਹ ਤਾਂ ਬਈ ਆਟੋਮੈਟਿਕ ਚੱਲੂਗੀ, ਹੁਣ ਦੇਖ ਰਿਹਾ ਸਾਨੂੰ ਦੇਖੋ ਉਸ ਤੱਕ ਮੈਂ ਉਰੇ ਆ ਕੇ ਬੰਦ ਹੋਣੀ ਹੈ, ਬੰਦ ਹਜੇ ਵੀ ਨਹੀਂ ਹੋਣੀ, ਹਜੇ ਵੀ ਨਹੀਂ ਹੁੰਦੀ, ਹੋ ਗਈ ਬੰਦ। ਓ ਹੋ 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 ਸੀਟ ਗੇਅਰ ਪਾ ਦੇ ਭੋਰਾ ਟਾਈਟ ਕਰਨੇ ਨੇ ਪੈਡਲ ਕਰ ਮਾੜਾ ਠੀਕ ਹੋ ਗਿਆ ਹੁਣ ਪੈਡਲ, ਅਤੇ ਮੈਂ ਬਹੁਤ ਡਿੱਗ ਰਿਹਾ ਮੈਨੂੰ ਥੋੜ੍ਹੀ ਸੀਟ ਤਾਂ ਹੁਣ ਕਰਨ ਦੀ ਜ਼ਰੂਰਤ। ਨਾਓ ਆਮ ਕੰਫਰਟੇਬਲ। ਇਹ ਸਾਈਕਲ 'ਤੇ 2 ਪੁਰਾਣੀ ਜਾ ਰਹੀ ਸੀ ਅਤੇ ਉਹ ਦੇਖੋ ਕੀ ਹੋਇਆ, ਇਹ ਬੱਚਿਆ ਨਹੀਂ ਹੋਣਾ ਮੈਨੂੰ ਨਹੀਂ ਲੱਗਦਾ, ਫੁੱਟਿਆ
ਕੋਈ ਆਵਾਜ਼ ਪੜਕ ਕਹਿੰਦਾ ਕਹਿੰਦਾ ਵੈਲਡ ਗਿਆ ਮੇਰਾ ਆ ਪੈ ਗਿਆ ਸਕ੍ਰੈਚ ਦੇਖੋ ਕਿਸੇ ਟਾਈਮ ਇਹ ਮੁੰਡਾ ਮੇਰੇ ਨਾਲ ਹੁੰਦਾ ਸੀਗਾ ਸਾਈਕਲ ਤੇ ਬੈਠਾ ਹੁੰਦਾ ਸੀ ਅੱਜ ਹੁਣ ਇਹ ਵੱਡੀ ਗੱਡੀ ਵਾਲਾ ਹੋ ਕੇ ਬਦਲ ਗਿਆ ਵੱਡੀ ਗੱਡੀ ਵਾਲਾ ਹੋ ਗਿਆ ਹੁਣ ਇਹ ਹੁਣ ਇਹ ਆਪਦੀ ਰੇਹੜੀ ਲੈ ਲਈ ਹੁਣ ਮੇਰੀ ਸਾਈਕਲ ਨੂੰ ਕੋਈ ਨਹੀਂ ਪੁੱਛਦਾ ਕੋਈ ਨਹੀਂ ਸਾਈਕਲ ਨੂੰ ਪੁੱਛਦਾ ਹੁਣ ਇਹ ਵੱਡੀ ਗੱਡੀ ਦਾ ਹੋ ਗਿਆ ਹੁਣ ਇਹ ਬਦਲ ਗਿਆ ਹੁਣ ਤੈਨੂੰ ਪਤਾ ਤਾਂ ਲੋਕ ਇਨਸਾਨ ਬਦਲ ਜਾਂਦੇ ਨੇ ਉਹ ਕਹਿੰਦੇ ਬਦਲ ਗਿਆ ਹੁਣ ਇਹ ਕਹਿੰਦਾ ਮੈਂ ਹਰਾ ਵੱਢ ਕੇ ਆਉਣਾ ਅਤੇ ਇਹਦਾ ਹਰਾ ਨਹੀਂ ਹੈਗਾ ਅਤੇ ਬਸ ਜਾਣੀ ਡਰਾਈਵਰੀ ਕਰ ਰਿਹਾ ਹੈ ਇਹਨੂੰ ਆਪਾਂ ਡਰਾਈਵਰ ਵੀ ਕਿਹਾ ਜਾ ਰਿਹਾ ਤੁਸੀਂ ਤਾਂ ਕਾਰ 'ਤੇ ਘੱਟ ਗਏ ਅਤੇ ਹੁਣ ਤੁਹਾਨੂੰ ਮੈਂ ਬਿੱਲੀ ਮਾਰ ਕੇ ਹੁਣ ਮੈਂ ਇੱਕ ਵਾਰੀ ਪਹਿਲਾਂ ਜਿਹੜੀ ਕਿ ਉਹਨੂੰ ਜਮਾਂ ਨਹੀਂ ਮਾਰਨੀ ਆਉਂਦੀ ਬਿੱਲੀ ਹੁਣ ਆਉਣ ਲੱਗ ਗਈ ਨਹੀਂ ਆਉਂਦੀ ਪਹਿਲਾਂ ਸੀਟ ਉੱਚੀ ਚਾਹੀਦੀ ਕੀ ਕਰਨਾ ਪਊਗਾ ਆਹ ਬੰਦਾ ਜਿਹੜਾ ਕੁਛ ਮੈਨੂੰ ਬੋਲ ਰਿਹਾ ਸੀ ਸਰਿਆਮ ਝੂਠਾ ਮੈਂ ਕਿਸੇ ਦੀ ਹੈਲਪ ਕਰ ਰਿਹਾ ਸੀ ਉਹ ਆਪਦਾ ਸਮਾਨ ਚੱਕਣ ਗਿਆ ਸੀਗਾ ਉਹ ਬੰਦੇ ਦੀ ਮੈਂ ਹੈਲਪ ਕਰ ਰਿਹਾ ਸੀ ਆਹ ਝੂਠਾ ਬਹੁਤ ਹੀ ਜ਼ਿਆਦਾ ਘਟੀਆ ਓਕੇ ਤੁਮਸੇ ਨਾ ਹੋ ਪਾਏਗਾ ਆਈ ਵਿਲ ਟਰਾਈ ਵੀ ਇਹਨੂੰ ਕਮੈਂਟ ਕਰਕੇ ਕਰੋ ਕਿ ਤੂੰ ਬਿੱਲੀ ਤਾਂ ਤੂੰ ਮਾਰੀ ਨਾ ਕਰ ਬਿੱਲੀ ਯਾਰ ਮੈਂ ਕਿੱਥੇ ਬਿੱਲੀਆਂ ਮਾਰਨਾ ਨਾ ਕੁੱਤਾ ਪੈਡਲ ਮਾਰਨ ਤਾਂ ਸਾਰਿਆਂ ਨੂੰ ਆਉਂਦੇ ਨੇ ਵਾਹ ਬੇਟੇ ਮੌਜ ਕਰਦੀ ਇਹਦੇ ਨਾਲ ਮੈਂ ਪਹਿਲਾਂ ਬ੍ਰੇਕ ਵੀ ਟਾਈਟ ਕਰਿਆ ਸੀ ਮੂਹਰਲੇ ਠੀਕ ਚੱਲਦੇ ਨੇ ਪਰ ਪਿਛਲੇ ਫਿਰ ਖਰਾਬ ਹੋ ਗਏ ਕੋਈ ਫਾਇਦਾ ਨਹੀਂ ਹੋਇਆ ਹੋਰ ਨਾ ਕੁਛ ਬਿੱਲੀ ਵੱਜੂ ਇਹਦੀ ਇਹਦੇ ਇਹਦੀ ਬਿੱਲੀ ਪਤਾ ਕਿਵੇਂ ਵੱਜੂ ਇਹ ਫੁੱਲ ਲੋਡ ਕਰਕੇ ਪਿੱਛੇ ਬੈਠਣਾ ਆਵੂ ਫਿਰ ਚੱਲੂ ਹੱਸ ਲੋਣ ਜੇ ਕੋਈ ਜਿੰਮ ਜਾਣ ਦਾ ਸ਼ੌਕੀਨ ਇੱਥੇ ਫਿਰ ਲੋਡ ਤਾਂ ਪੈਂਦਾ ਨਹੀਂ ਹੁਣ ਜ਼ੋਰ ਨਹੀਂ ਲੱਗੂ ਤੇਰਾ ਸਾਈਕਲ 'ਤੇ ਫਿਰ ਕਾਹਦੀ ਵੱਜੀ ਬਿੱਲੀ ਹੋਈ ਅਤੇ ਇਹਦੇ ਮੈਂ ਮਗਰਾੜ ਮੀ ਰੋਡ ਦੇਖ ਤੁਸੀਂ ਲਾਏ ਹੋਏ ਨੇ ਆਹ ਝੰਡਾ ਇਹ ਕਦੇ ਲਿਆ ਹੀ ਨਹੀਂ ਮੈਂ ਬਹੁਤ ਕੁਛ ਕੀਤੀ ਉਹ ਖਰਾਬ ਹੋ ਗਿਆ ਸੀ ਨਾ ਡੰਡਾ ਜਿਹਾ ਇਹਦਾ ਵੱਡਿਆ ਤਾਂ ਕੁਛ ਹੋ ਜਾਣਾ ਸੀ ਬਸ ਬਸ ਮੈਨੂੰ ਨਹੀਂ ਬੱਲਣਾ ਆਉਂਦਾ ਮੈਂ ਹੋਰ ਨਾ ਪੈਰ ਪੂਰ ਜਿਹਾ ਬਣਾ ਲਾਂ ਆਪਦੇ ਅਤੇ ਬਿਨਾਂ ਮਗਰਾੜ ਤਾਂ ਵਧੀਆ ਲੱਗਦਾ ਕਿ ਮਗਰਾੜ ਲਾ ਲਈਏ ਮੈਨੂੰ ਕਮੈਂਟ ਕਰਕੇ ਦੱਸੋ ਠੀਕ ਆ ਅਗਲੀ ਆਪਾਂ ਅਗਲੀ ਵੀਡੀਓ 'ਚ ਫਿਰ ਮਗਰਾੜ ਲਾ ਕੇ ਦੇਖਾਂਗੇ ਜੇ ਵਧੀਆ ਲੱਗੂ ਫਿਰ ਰੱਖ ਲਾਂਗੇ ਵੈਸੇ ਤਾਂ ਮੈਂ ਲਾਏ ਹੋਏ ਨੇ ਕਿਉਂਕਿ ਐਂ ਵਧੀਆ ਲੱਗਦੀ ਹੈ ਨਾ ਹੁਣ ਤੈਨੂੰ ਪੈਸੇ ਅਸੀਂ ਦੇਣੇ ਵੀ ਚੰਗੀ ਤਰ੍ਹਾਂ ਰੱਖ ਆ ਰਹਿ ਗਏ ਪਹਿਲੀ ਵਾਰੀ ਇਹ ਤੁਸੀਂ ਖੱਤਿਆਂ 'ਚ ਦੇਖਿਆ ਹੋਊਗਾ ਕੰਮ ਕਰਦਾ ਹੈ ਨਾ ਪੂਰੇ ਵਲੋਗਾਂ 'ਚ ਦੰਦੀਆਂ ਕੱਢ ਰਿਹਾ ਦੇਖ ਦੇਖ ਬਿਆਕਲ ਅਤੇ ਹੁਣ ਅਸੀਂ ਜਾ ਰਹੇ ਹਾਂ ਘਰੇ ਅਤੇ ਆਹ ਮੁੰਡਾ ਥੱਕ ਚੁੱਕਿਆ ਨੇ ਬਹੁਤ ਜ਼ਿਆਦਾ ਕੁਛ ਨਹੀਂ ਕੀਤਾ ਪਰ ਬਿਨਾਂ ਖੜਾ ਖੜੀ ਥੱਕ ਗਿਆ ਸਾਲਾ ਟਾਈਮ ਹੋ ਗਿਆ ਇੰਸਟਾਗ੍ਰਾਮ ਅਤੇ ਅੱਜ ਰੱਬ ਕਰੇ ਫੋਨ ਡਿੱਗਦਾ ਗਿਆ ਪਰ ਟੁੱਟਿਆ ਨਹੀਂ ਇਹ ਕਿਵੇਂ ਹੋ ਗਿਆ ਯਾਰ ਮੈਂ ਵੀ 150 ਦਾ ਗਲਾਸ ਲਾਇਆ ਪਤਾ ਨਹੀਂ ਕਿਉਂ ਬਿਨਾਂ ਕੋਲ ਤੇੜ ਆਈ ਜਾਂਦੀ ਹੈ 150 ਦਾ ਲਵਾਇਆ ਉਹੀ ਮੈਂ 100 ਰੁਪਏ ਦਾ ਲਵਾਇਆ ਅਤੇ ਬਸ ਅੱਜ ਦਾ ਵਲੋਗ ਉਰੀ ਤੱਕ ਕੀ ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਤੇ ਮੈਨੂੰ ਦੱਸਿਓ ਵੀ ਅਗਲਾ ਵਲੋਗ ਆਪਾਂ ਕਰਦੇ ਲੈ ਕੇ ਬੁਲਟ 'ਤੇ ਜਾਂ ਸਾਈਕਲ 'ਤੇ ਜਾਂ ਫਿਰ ਕੋਈ ਹੋਰ ਚੀਜ਼ 'ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਆ ਮਿਲਦੇ ਅਗਲੀ ਵੀਡੀਓ 'ਚ ਬਾਏ ਬਾਏ